ਨੂੰ ਤੁਸੀਂ ਫੈਸਲਾ ਕਰ ਦੇਣਾ ਕਿ ਮੁਲਕ ਕਿਹੜੇ ਹੱਥਾਂ ਚ ਆਊਗਾ, ਕਿ ਸਾਡੀਆਂ ਫਸਲਾਂ ਤੇ ਨਸਲਾਂ ਖਾਣ ਵਾਲਿਆਂ ਦੇ ਹੱਥ ਚ ਆਊਗਾ, ਜਾਂ ਸਾਡੇ ਚੁੱਲ੍ਹਿਆਂ ਦੀ ਅੱਗ ਬਚਾਉਣ ਦੀ ਗੱਲਾਂ ਜਿਹੜੇ ਕਰਦੇ ਨੇ ਉਹਨਾਂ ਦੇ ਹੱਥਾਂ ਚ ਆਊਗਾ। ਅੱਗ ਬੁਝਾਤੀ ਚੁੱਲ੍ਹਿਆਂ ਦੀ ਇਹਨਾਂ ਨੇ, ਪੱਕਾ ਨੀ ਪਤਾ ਹੁੰਦਾ ਸਾਨੂੰ ਹੱਥ ਨੇ ਰੋਟੀ ਪੱਕੂ ਜਾਂ ਨਾ ਪੱਕੂ। ਬੇਰੁਜ਼ਗਾਰੀ ਦਾ ਦੈਂਤ ਚੁੱਲ੍ਹੇ ਖਾ ਗਿਆ, ਮੁੰਡੇ ਕੁੜੀਆਂ ਸਾਡੇ, ਧੀਆਂ ਪੁੱਤ ਸਾਡੇ, ਨੌਜਵਾਨ ਮੁੰਡੇ ਉਹ ਡਿਗਰੀਆਂ ਲਿਆ ਕੇ ਡਿਗਰੀਆਂ ਟਰੰਕਾਂ ਚ ਪਈਆਂ ਨੇ, ਟੈਚੀਆਂ ਚ ਪਈਆਂ ਨੇ, ਵਿਹਲੇ ਆ। ਜੇ ਡਿਗਰੀਆਂ ਲੈ ਕੇ ਜਾਂਦੇ ਹਾਂ ਸਰਕਾਰਾਂ ਕੋਲੇ ਨੌਕਰੀਆਂ ਮੰਗਣ, ਡਾਂਗਾਂ ਪੈਂਦੀਆਂ ਨੇ, ਚੁੰਨੀਆਂ ਲੈਂਦੀਆਂ ਨੇ, ਪੱਗਾਂ ਢਹਿੰਦੀਆਂ ਨੇ। ਮਾਂ ਆਪਦੇ ਪੁੱਤ ਨੂੰ ਕਹਿੰਦੀ ਪੁੱਤ ਨੰਬਰ ਬਹੁਤ ਵਧੀਆ ਆ ਗਏ, ਭੈਣ ਦਾ ਵਿਆਹ ਕਰਾਂਗੇ ਜਾਂ ਨੌਕਰੀ ਲੈ ਕੇ ਆ ਸਰਕਾਰ ਕੋਲੋਂ। ਉਹ ਖੰਡ ਵਾਲਾ ਦਹੀਂ ਸ਼ਗਨ ਕਰਕੇ ਖੰਡ ਵਾਲਾ ਦਹੀਂ ਮੂੰਹ ਚ ਪਾ ਕੇ ਭੇਜਦੀ ਹੈ ਮੁੰਡੇ ਨੂੰ ਪਟਿਆਲੇ ਤੇ ਚੰਡੀਗੜ੍ਹ, ਤੇ ਸਾਰਾ ਦਿਨ ਗੁਰਦੁਆਰਾ ਸਾਹਿਬ ਚ ਅਰਦਾਸਾਂ ਕਰਦੀ ਰਹਿੰਦੀ ਹੈ। ਅੱਜ ਸੁੱਖ ਰੱਖੀ ਦਾ ਪਿਆ, ਸਾਡੀ ਕਮੀਜ਼ਦਾਰੀ ਨਹੀਂ ਤੇ ਆ ਜਾਊਗੀ, ਨੌਕਰੀ ਮਿਲ ਜੇ। ਆਥਣੇ ਉਸ ਮਾਂ ਦਾ ਕਾਲਜਾ ਫੜ ਜਾਂਦਾ ਵੀ ਉਹ ਜਦੋਂ ਉਹ ਆਪਦੇ ਪੁੱਤ ਨੂੰ ਪੱਗ ਉਹਦੇ ਹੱਥ ਚ ਹੁੰਦੀ ਹੈ ਤੇ ਲਹੂ ਲਹਾਣ ਹੁੰਦਾ ਦੇਖਦੀ ਹੈ। ਕੀ ਹੋ ਗਿਆ ਪੁੱਤ? ਬੇਬੇ ਉੱਥੇ ਲਾਠੀਚਾਰਜ ਹੋ ਗਿਆ, ਸਾਰੇ ਕੁੱਟੇ, ਮੁੰਡੇ ਕੁੜੀਆਂ ਸਭ ਕੁੱਟੇ ਗਏ। ਫਿਰ ਉਸ ਮਾਂ ਦੇ ਦਿਲ ਚੋਂ ਇੱਕ ਹਾਂ ਨਿਕਲਦੀ ਹੈ, ਜਾਓ ਸਰਕਾਰਾਂ ਵਾਲੇ ਤੁਹਾਡਾ ਕੱਟ ਨਾ ਰਹੇ, ਘਰ ਘਰ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਤੁਸੀਂ ਸਾਡੇ ਪੁੱਤਾਂ ਨੂੰ ਕੁੱਟ ਕੇ ਭੇਜ ਦੇ। ਉਹਨਾਂ ਨੂੰ ਕੁੱਟ ਪਾਵਾਂਗੇ ਯਾਰ, ਆਪਾਂ ਉਹਨਾਂ ਨੂੰ ਕੁੱਟ ਪਾਵਾਂਗੇ। ਕਰਜ਼ੇ ਮਾਫੀਆ ਗੱਲਾਂ ਕਰਕੇ, ਘਰ ਘਰ ਨੌਕਰੀ ਦੀਆਂ ਗੱਲਾਂ ਕਰਕੇ, 2500 ਰੁਪਏ ਬੜਾਪਾ ਪੈਨਸ਼ਨ ਦੀਆਂ ਗੱਲਾਂ ਕਰਕੇ, ਗਰੀਬਾਂ ਨੂੰ 5-5 ਮਰਲਿਆਂ ਦੇ ਘਰ ਪਾ ਕੇ ਦੇਵਾਂਗੇ ਗੱਲਾਂ ਕਰਕੇ, ਕੰਜਾ ਜਾਂ ਸ਼ਗਨ ਦੀਆਂ ਗੱਲਾਂ ਕਰਕੇ ਸਭ ਮੁੱਕ ਗਏ ਆ। ਆਪ ਮੇਲਾ ਚ ਬੈਠੇ ਨੇ, ਆਪ ਬੈਠਣ ਜਾਲ ਨਵਾਂ ਲਿਆਂਦਾ ਉਹ ਚ ਫਸ ਗਏ ਆਪਾਂ। ਹੁਣ ਕਹਿੰਦੇ ਫੇਰ ਵੋਟਾਂ ਕਿਉਂ ਪਾਈਏ ਬਈ, ਸਾਬ ਲਓ ਇਹਨਾਂ ਤੋਂ। ਉਹ ਅਕਾਲੀ ਦਲ ਗੁਰੂ ਸਾਹਿਬ ਦੀ ਮਿਹਨਤ ਨਹੀਂ ਕੀਤੀ, ਉਹਨਾਂ ਨੇ ਮਿਹਨਤ ਵੀ ਕੀਤੀ, ਜਾਂਚ ਨਹੀਂ ਹੋਣ ਦਿੰਦੇ। ਜਿਹੜਾ ਅਫਸਰ ਲੱਗਦਾ ਇਹਨਾਂ ਦੀ ਪੈਡ, ਉਹਨੂੰ ਉਹਦੇ ਅਫਸਰ ਦੀ ਬਦਲੀ ਕਰਾ ਦਿੰਦੇ। ਬਾਬੇ ਨਾਨਕ ਦੀ ਤੱਕੜੀ ਸਮਝ ਕੇ ਲੋਕ ਬਾਦਲ ਦੀ ਤੱਕੜੀ ਵੋਟਾਂ ਪਾਉਂਦੇ ਰਹੇ, ਉਸੇ ਨਾਨਕ ਦੀ ਬਾਣੀ ਰੋਲਤੀ ਗਲੀਆਂ ਚ। ਹੁਣ ਫਿਰਦੇ ਨੇ ਮਾਫੀ ਮੰਗ ਲਾਂਗੇ ਜੀ, ਮਾਫ਼ ਕਰ ਦੋ ਜੀ। ਲੈ ਮਾਫ਼ੀ ਗਲਤੀ ਨੀ ਹੁੰਦੀ ਹੈ ਬਾਦਲ ਸਾਹਿਬ, ਪਾਪਾਂ ਦੀ ਨੀ ਹੁੰਦੀ, ਪਾਪਾਂ ਦੀ ਸਜ਼ਾ ਹੈ। ਫਿਰ ਗੁਰੂ ਦੀ ਸਜ਼ਾ ਦੇਊ ਤੁਹਾਨੂੰ, ਹੁਣ ਹੋਰ ਕਿਸੇ ਤੋਂ ਉਮੀਦ ਵੀ ਨਹੀਂ ਕਰਦੇ ਸੀਗੇ ਆਪਣੇ ਪੁੱਤਰ ਤੋਂ। ਬਰਬਾਦ ਕਰਕੇ ਰੱਖਤਾ ਯਾਰ ਪੰਜਾਬ, ਦੂਰ ਸੌ ਮਨ ਦਾਣੇ ਪੈਦਾ ਕਰ ਦਿੰਦੀ ਆਪਣੀ ਧਰਤੀ ਇੱਕ ਸਾਲ ਚ, 90 ਮਨ ਜੀਰੀ 60 ਮਨ ਕਰ, ਦੂਰ ਸੌ ਮਨ ਦਾਣੇ ਪੈਦਾ ਕਰਨ ਵਾਲੀ ਧਰਤੀ ਦੇ ਵਾਸਤੇ ਵਸਨੀਕ ਭੁੱਖੇ ਮਾਰਤੇ ਇਹਨਾਂ ਨੇ ਯਾਰ। ਭੱਜੀ ਜਾਂਦੇ ਇੱਥੋਂ ਯਾਰ, ਆਈਲੈਟਸ ਕਰ ਲਾ, ਚਾਹ ਪੁੱਤ ਪਾਵ ਜਾ, ਲੰਘ ਜਾ ਇੱਥੋਂ, ਕੁਛ ਨੀ ਹੈਗਾ ਇੱਥੇ, ਧਰਤੀ ਦਾ ਕੋਈ ਕਸੂਰ ਨਹੀਂ। ਬਿਲਾ ਬੱਚੇ ਚੁੱਪ ਕਰ ਬੱਚਾ ਤਿਆਗ ਘਰੇ ਜਾ, ਕੋਈ ਗੱਲ ਸੁਣੀਓ। 100 ਸਾਲ ਹੋ ਗਏ ਚੱਲਿਆ ਇਹ ਬਾਗ ਨੂੰ, 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ 2000 ਪੰਜਾਬੀ ਭੁੰਨਤੇ ਸੀ ਗੋਲੀਆਂ ਨਾਲ, 100 ਸਾਲ ਹੋ ਗਿਆ। ਕੀ ਕਰਨ ਗਏ ਸੀ ਉਹ ਜਲਿਆਂ ਵਾਲੇ ਬਾਗ ਚ? ਇੰਗਲੈਂਡ ਦੇ ਗੋਰਿਆਂ ਨੂੰ ਕਿਵੇਂ ਕੱਢੀਏ, ਇਹਨੂੰ ਇਸ ਮੁਲਕ ਚ ਉਹਦੀ ਸਕੀਮਾਂ ਬਣਾ ਗਏ ਸੀ, ਉਹਨਾਂ ਨੂੰ ਪਤਾ ਲੱਗ ਗਿਆ ਉਹਨੂੰ ਗੋਲੇ ਮਾਰਤੀ। 100 ਸਾਲਾਂ ਬਾਅਦ ਅੱਜ ਉਹਨਾਂ ਦੀ ਆਤਮਾ ਤੜਫਦੀ ਹੋਊਗੀ, ਸਕੂਨ ਨਹੀਂ ਮਿਲਿਆ ਹੋਊਗਾ, ਜਦੋਂ ਉਹ ਇਹ ਦੇਖਦੇ ਹੋਣਗੇ ਕਿ ਅੱਜ ਦੇ ਨੌਜਵਾਨ ਇਕੱਠੇ ਹੋ ਕੇ ਸਕੀਮਾਂ ਬਣਾਉਂਦੇ ਨੇ ਗੋਰਿਆਂ ਕੋਲ ਪਹੁੰਚਣ ਦੀਆਂ, ਬੀਜੇ ਪੂਜੇ ਦਾ ਪ੍ਰਬੰਧ ਕਿਵੇਂ ਕਰੀਏ। ਫਿਰ ਕਿਆ ਉਹਨਾਂ ਨੂੰ ਠੀਕ ਕਿਉਂ ਕੀ ਲੋੜ ਸੀ ਮਸ਼ੀਨ ਹੋਊਗੀ? ਭਗਤ ਸਿੰਘ ਵੱਲੋਂ ਵੀ ਕੀ ਲੋੜ ਸੀ ਮਸ਼ੀਨ ਹੋਊਗੀ? ਫਿਰ ਗੋਰਿਆਂ ਨੂੰ ਰੱਖ ਲੈਂਦੇ ਇੱਥੇ, ਉਹ ਵੀ 90-90 ਸਾਲ ਦੀ ਉਮਰ ਭੋਗ ਲੈਂਦੇ। 100 ਸਾਲ ਹੋ ਗਿਆ, ਐਂ ਕਰੋ ਸ਼ਰਤ ਲਾ ਲਓ, ਅੱਜ ਤੁਸੀਂ ਗੁਰਦੁਆਰਾ ਸਾਹਿਬ ਪਿੰਡ 'ਚ ਅਨਾਊਂਸਮੈਂਟ ਕਰਾ ਲਓ ਕਿ ਭਾਈ ਇੰਗਲੈਂਡ ਵਾਲਿਆਂ ਨੇ ਵੀਜ਼ੇ ਖੋਲ੍ਹ ਦਿੱਤੇ ਹਨ, ਜਿਹਨੇ ਭਾਈ ਪਾਸਪੋਰਟ ਜਾਣਾ ਚਾਹੁੰਦਾ ਜਿਹੜਾ ਪਾਸਪੋਰਟ ਭਾਈ ਉੱਥੇ ਫੜਾ ਜੇ ਫਲਾਣੀ ਸੱਥ 'ਚ, ਦੱਸਾਂ ਨੇ ਬੁੜੀਆਂ ਦੇ ਪਾਸਪੋਰਟ ਫੜਾ ਲਓ, ਕੱਢ ਦਿਓ ਜਾ ਇੱਥੋਂ ਲੈ ਜਾਓ। ਸਹੀ ਹੈ ਨਾ? ਹਾਂ, ਪਹਿਲਾਂ ਯਾਰ ਉਹਨਾਂ ਨੂੰ ਕੱਢਣ ਲਈ ਮਰੀ ਗਿਆ, ਹੁਣ ਉਹਨਾਂ ਕੋਲ ਪਹੁੰਚਣ ਲਈ ਮਰੀ ਜਾਂਦੇ ਆ। ਹਾਂ, ਸਾਰਾ ਕੁਝ ਉਹੀ ਬਣਾ ਕੇ ਗਏ ਨੇ ਯਾਰ। ਪਾਰਲੀਮੈਂਟ ਦੀ ਬਿਲਡਿੰਗ ਉਹਨਾਂ ਨੇ ਬਣਾਈ ਹੈ, ਰਾਸ਼ਟਰਪਤੀ ਭਵਨ ਉਹਨਾਂ ਨੇ ਬਣਾਇਆ, ਮੱਡੀਆਂ ਨਹਿਰਾਂ, ਰੇਲਵੇ ਲਾਈਨਾਂ, ਕੀ ਬਦਲ ਗਿਆ ਦੱਸੋ? ਸਭ ਥੱਲੇ ਗਏ ਹੁਣ, ਪੂਰੀ ਦੁਨੀਆਂ 'ਚ ਪੰਜਾਬੀ ਕਾਮਯਾਬ ਨੇ, ਪੰਜਾਬ 'ਚ ਫੇਰ ਬਾਦਲ ਸਾਹਿਬ ਪਰਿਵਾਰ ਕਾਮਯਾਬ, ਸਾਰਾ ਪੰਜਾਬੀ ਹੈ।
ਇੱਥੇ ਇਸ ਕੱਟ ਦੇ ਵਿੱਚ ਪਰਮਿੰਦਰ ਸਿੰਘ ਭੀਟ ਸੇ ਨਾਲੋਂ ਵੱਧ ਪੜ੍ਹੇ ਲਿਖੇ ਮੁੰਡੇ ਖੜੇ ਹੋਏ, ਪਰ ਕਿਉਂਕਿ ਆਮ ਲੋਕਾਂ ਦੀਆਂ ਪੁੱਤ ਨੇ ਉਹ ਆਪ ਕਰਦੇ ਨੇ ਬਦੀਨ ਹੁੰਦੇ, ਉਹ ਭਾਈ ਸੁਖਦੇਵ ਸਿੰਘ ਭੀਟ ਸਿੰਘ ਦਾ ਮੁੰਡਾ ਐਮ ਐਲ ਏ ਲਹਿਰੇ ਤੋਂ, ਵਿੱਤ ਮੰਤਰੀ ਵੀ ਰਿਹਾ, ਹੁਣ ਐਮ ਪੀ ਵੀ ਲੜ ਰਿਹਾ, ਲਗਭਗ ਇੱਥੇ ਸਾਰੇ ਹਾਂ 100% ਸੁਖਦੇਵ ਬਾਦਲ ਨਾਲੋਂ ਸਿਆਣੇ ਖੜੇ ਹੋਣ। ਕਿਉਂ ਨੀ ਕਰਦੇ ਕੌਕੀ ਹੈ ਚੌਦਾਂ ਵੇਲੇ ਵੋਟਾਂ ਪੈਣੀਆਂ ਸੀ, ਕਹਿੰਦਾ ਵੋਟਾਂ ਪਾਓ ਮੋਦੀ ਨੂੰ, ਪ੍ਰਧਾਨ ਮੰਤਰੀ ਬਣਾਓ, ਟਰੱਕ ਭਰ ਕੇ ਨੋਟਾਂ ਦੇ ਆਇਆ ਕਰਨਗੇ। ਹੁਣ ਕਹੀ ਜਾਂਦਾ ਫਿਰੋਜ਼ਪੁਰ, ਪਹਿਲਾਂ ਮੈਨੂੰ ਵੋਟਾਂ ਪਾਓ, ਟਰਾਲੀਆਂ ਨੂੰ ਕਦੇ ਭਰ ਕੇ ਲਿਆਵਾਂਗੇ। ਮੈਂ ਕਿਹਾ ਨਾ ਭਰ ਟਰਾਲੀਆਂ, ਅਸੀਂ ਟਰੱਕ ਹੀ ਨੀ ਲਾਏ ਜਾਂਦੇ ਜਦ ਤੋਂ ਲੇਬਰ ਨਹੀਂ ਮਿਲਦੀ। ਗੁੱਸਾ ਨਾ ਕਰਿਆ ਕਰਦਾ ਯਾਰ, ਜਿਹੜਾ ਸਿੱਧਾ ਆਇਆ ਕਿਉਂ ਕਰਦੇ ਆ ਗੁੱਸਾ ਕਰੀ ਜਾਂਦੇ। ਸੁਭੀਰੋ ਉਹਨੇ ਉਹ ਇਹ ਸਜ਼ਾ ਮੈਂ ਬਰਗਾੜੀ ਜਦੋਂ ਭਾਸ਼ਣ ਦਿੱਤਾ ਸੀਗਾ ਨਾ, ਆਹ ਜਦੋਂ ਲੱਗਿਆ ਸੀ, ਮੈਂ ਉੱਥੇ ਵੀ ਨਹੀਂ ਕਿਹਾ ਸੀ ਕਿਸੇ ਕੈਪਟਨ ਕੁਪਟਨ ਤੋਂ ਬੰਦੇ ਤੋਂ ਉਮੀਦ ਨਾ ਕਰਿਓ, ਗੁਰੂ ਸਾਹਿਬ ਦੀ ਬੇਅਦਬੀ ਦਾ ਜਿਹੜਾ ਕੋਈ ਦੋਸ਼ੀਆਂ ਨੂੰ ਸਜ਼ਾ ਦੇਊਗਾ, ਉਹ ਗੁਰੂ ਸਾਡਾ ਆਪ ਹੀ ਸਜ਼ਾ ਦੇਊਗਾ, ਉਹ ਜਦੋਂ ਸਾਡੀ ਰੱਖਿਆ ਕਰ ਸਕਦਾ ਆਪਦੀ ਰੱਖਿਆ ਵੀ ਕਰਨੀ ਆਉਂਦੀ ਉਹਨੂੰ। ਉਹ ਆਮ ਬੱਚੇ ਲੰਘਣ ਨੂੰ ਲੈ ਕੇ ਦੇਖ ਲਿਓ, ਇਤਿਹਾਸ ਕੱਢ ਲਓ, ਜਿਹਨੇ ਗੁਰੂ ਨੂੰ ਮੱਥਾ ਲਾਇਆ ਉਹਨਾਂ ਦਾ ਨਾਸ ਹੋ ਗਿਆ, ਹੈ ਖਤਮ। ਅੱਜ ਸੁਖਬੀਰ ਬਾਦਲ ਨੂੰ 10 ਬੰਦੇ ਨਹੀਂ ਲੱਭੇ ਟਿਕਟਾਂ ਦੇਣ ਵਾਸਤੇ, ਦੋ ਤਾਰ ਦੇ ਘੜੀ ਰੱਖਣੀਆਂ ਪਈਆਂ, ਸੁਖਬੀਰ ਬਾਦਲ ਕੋਈ ਘਰ ਵਾਲੀ, ਆ ਸਾਡੇ ਵਾਲੀ ਸੰਗਰੂਰ ਵਾਲੀ, ਐਂ ਅਖਬਾਰ ਨੂੰ ਛੱਡ ਕੇ ਲੈਣੇ ਢੀਸੇ ਫਿਰ ਕੱਲ੍ਹ ਉੱਤੋਂ ਜਾਂ ਲਾ ਲਓ। ਪਰਮਿੰਦਰ ਠੀਕ ਸਾ ਕਹਿੰਦਾ ਉਹ ਬਿਆਨ ਦੇਖੋ ਕਰ ਦਿੱਤਾ, ਟਿਕਟ ਤੋਂ ਬਾਅਦ ਕੋਈ ਵੀ ਸ਼ਾਇਦ ਆਦਮੀ ਦੁਆਰਾ ਹੋਵੇ ਕਹਿੰਦਾ ਮੈਂ ਜਿੱਤੂੰ ਤੇਰੇ ਕਹਿੰਦੇ ਸ਼ੁਰੂਆਤ ਕਰਿਆ। ਪਰਮਿੰਦਰ ਜੀ ਕਹਿੰਦਾ ਫੋਟੋ ਲੱਗਦੀਆਂ ਨੇ ਉਮੀਦਵਾਰਾਂ ਦੀਆਂ, ਬਲੈਕ ਐਂਡ ਵਾਈਟ ਨੇ ਫੋਟੋ ਦੇਖਿਆ ਮੈਂ ਉੱਥੇ, ਕੱਲ ਦੀ ਸੀਟ ਦਿਖਾਈ ਮੈਨੂੰ, ਯਾਰ ਫੋਟੋ ਲੱਗੀ ਹੋਈ। ਪਹਿਲੇ ਨੰਬਰ 'ਤੇ ਤਾਂ ਬਟਨ ਹੈਗਾ ਕੇ ਵਟਨ ਲਾਉਣ ਵਾਲਾ, ਉਹ ਤਾਂ ਐਂ ਡਰਾਉਂਦਾ ਉਹਦੀ ਫੋਟੋ ਪਾਉਣ, ਦੂਜੇ ਨੰਬਰ 'ਤੇ ਪਰਮਿੰਦਰ ਠੀਕ ਸੀ ਜੀ ਉਹਦੇ ਆਏ ਆ, ਚਾਰ ਚਾਰ ਘੰਟੇ ਹੋ ਗਏ ਕੋਈ ਫੋਨ 'ਚ ਨਹੀਂ ਪਾ ਗਿਆ, ਇੱਕ ਤਾਂ ਪਤਾ ਯਾਰ ਮੇਰੇ ਤੀਜੇ ਨੰਬਰ 'ਤੇ ਉਹ ਆਏ ਆ। ਸੁਪੀਓ ਇਹ ਰੱਬ ਪਰਮਾਤਮਾ ਦੀ ਚੱਕੀ, ਗੁਰੂ ਦੀ ਚੱਕੀ ਜਿਹੜੀ ਹੈ ਨਾ ਉਹ ਚੱਲਦੀ ਥੋੜ੍ਹੀ ਜਿਹੀ ਹੌਲੀ ਹੈ ਪਰ ਤੇਜ਼ੀ ਬਹੁਤ ਬਰੀਕ ਹੈ, ਮੈਦਾ ਬਣਾਉਂਦੀ ਹੈ ਇਹ ਚੱਕੀ ਚੱਲ ਰਹੀ ਹੈ ਨਾ ਵੀ। ਅੱਛਾ ਆਹ ਸਜ਼ਾ ਹੀ ਹੈ ਵੀ 92 ਸਾਲ ਦਾ ਬਜ਼ੁਰਗ ਪੰਜ ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 7-8 ਮਹੀਨੇ ਪਹਿਲਾਂ ਬੁਲਿਆ ਬੁਲੂ ਕੇ ਅਕਾਲ ਤਖ਼ਤ ਸਾਹਿਬ ਤੇ ਲੈ ਗਏ ਬਿਨਾਂ ਬੁਲਾਏ, ਕਹਿੰਦਾ ਬਾਪੂ ਗਾਲ ਕੱਢਣ ਲੱਗ ਗਏ ਲੋਕ, ਜੁੱਤੀਆਂ ਇੱਥੇ ਸਾਫ਼ ਕਰਕੇ ਦੇਖ ਲੈਂਦੇ ਗੱਲ ਬਣ ਜੇ, ਪੁੱਤ ਭਤੀਜੇ ਸਾਲੇ ਕੀ ਸਾਰੇ ਉੱਥੇ ਮਜ਼ਾਕ ਹੀ ਉੱਡਿਆ, ਕਿਉਂਕਿ ਨਾ ਕਿਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ, ਪਤਾ ਨੀ ਕੀ ਖਾ ਕੇ ਗਿਆ ਸੀ ਸੁਖਬੀਰ ਬਾਦਲ, ਉੱਥੇ ਕਿਤੇ ਚੱਪਲਾਂ ਚੁੱਪਲਾਂ ਦੀ ਪਾਲਸ਼ ਕਰਿਆ ਗਿਆ, ਇੱਕ ਦੇ ਚਿੱਟੇ ਸ਼ੂ ਸੀ ਜਿਹੜੇ ਬੂਟਾਂ ਨੂੰ ਤੁਹਾਡੇ ਹੱਥ ਲੱਗ ਜਾਣ ਲੋਕ ਉਹ ਬੂਟ ਨੀ ਪਾਉਂਦੇ, ਤੁਸੀਂ ਬੂਟ ਪਾਉਣ ਦੀ ਗੱਲ ਕਰਦੇ।
ਸੋ ਐਮ ਐਲ ਏ ਸਾਹਿਬ ਤੁਹਾਡੇ ਬੁਧਰਾਮ ਜੀ ਪ੍ਰਿੰਸੀਪਲ, ਇਹ ਇਹੋ ਜਿਹੇ ਬੰਦਿਆਂ ਨੂੰ ਚੁਣਨਾ ਜਿਹੜੇ ਤੁਹਾਡੇ ਚ ਰਹੇ ਹੋਣ, ਤੁਹਾਡੇ ਵਰਗੇ ਹੋਣ, ਠੀਕ ਹੈ ਨਾ, ਸਾਈਕਲ ਤੇ ਪੜ੍ਹਾਉਂਦੇ ਰਹੇ ਆ ਅੱਖ ਤੇ ਮਾਸੇ ਗੱਲ ਮੈਨੂੰ ਬਜ਼ੁਰਗ ਨੇ ਬੜੀ ਬੜੀ ਦਿਲ ਛੂਹਣ ਵਾਲੀ ਗੱਲ ਕਹੀ, ਉਹ ਕਹਿੰਦਾ ਪੁੱਤ ਤੂੰ ਪਾਇਆ ਕਰ ਲੋਕਾਂ ਨੂੰ ਵੀ ਅਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਹੈ ਗੁਰੂ ਸਾਹਿਬ ਦੀ ਦੁਬਾਰੇ ਬੇਅਦਬੀ ਕਰਨੀ। ਜੇ ਆਪਾਂ ਬੇਅਦਬੀ ਕਰਨ ਵਾਲਿਆਂ ਦੇ ਹੱਕ 'ਚ ਭੁਗਤਦੇ ਹਾਂ, ਇਹਦਾ ਮਤਲਬ ਬੇਅਦਬੀ ਦੇ ਹੱਕ 'ਚ ਆਉਣਾ। ਮੈਂ ਕਹਿੰਦਾ ਆਪਾਂ ਸਾਨੂੰ ਵੀ ਨਾ ਪਾਓ, ਪਰ ਇਹਨਾਂ ਨੂੰ ਨਾ ਪਾਓ ਯਾਰ, ਬੇਅਦਬੀ ਕਾਂਗਰਸ ਨੇ ਵੀ ਕੀਤੀ ਹੈ, ਉਹਨੇ ਗੁਟਕਾ ਸਾਹਿਬ ਦੀ ਸਕਿਉਰਟੀ ਸੰਭਾਲੀ, ਸ਼ਾਹੀ ਮੱਥੇ ਨਾਲ ਲਾ ਕੇ ਯਾਰ, ਕੀ ਸਮਝਦੇ ਨਹੀਂ ਯਾਰ ਇਹ? ਮੇਰੇ 'ਤੇ ਯਕੀਨ ਕਰੋ ਤੁਸੀਂ, ਠੀਕ ਹੈ ਨਾ। ਇੱਕ ਗੱਲ ਦਾ ਮੈਨੂੰ ਸਕੂਨ ਮਿਲਿਆ, ਇੱਕ ਗੱਲ ਦਾ ਸਕੂਨ ਮਿਲਿਆ ਕਿ ਮੈਂ 5 ਸਾਲ ਤੋਂ ਨਾ ਇੰਜਣ ਬੰਨ ਕੇ ਮੈਂ ਹੈਂਡਲ ਮਾਰੀ ਜਾਂਦਾ ਸੀ, ਚੱਕਰ ਤਾਂ ਮੈਂ ਪਾ ਰੱਖੀ ਸੀ, ਲੋਕ ਟਾਸੇ ਨਹੀਂ ਛੱਡਦੇ ਸੀ, ਟਾਸੇ ਲੋਕਾਂ ਦੇ ਹੱਥ ਸੀ, ਟਾਸੇ 'ਚ ਮੈਨੂੰ ਸਟਾਰ ਨਹੀਂ ਮਿਲਦਾ, ਮੈਂ ਇੰਜਣ ਮਾਰੀਆਂ ਸੀ। ਉਹ ਇਹਨਾਂ ਦਾ ਸਵਾਲ ਪੁੱਛਿਆ ਕਰੋ, ਉਹ ਜਦੋਂ ਆਉਂਦੇ ਨੇ ਵੋਟਾਂ ਪੁਰਾਣੀਆਂ ਦਾ ਹਿਸਾਬ ਲਿਆ ਕਰੋ, ਪੁਰਾਣੀਆਂ ਕਿਹੜੇ ਖੂਹ ਸਿੱਟ ਕੇ ਆਏ ਹੋ, ਉਹ ਪੁਰਾਣੇ ਵਾਅਦੇ ਕਿੱਥੇ ਨੇ, ਨਵੇਂ ਕਰ ਜੇ, ਇਹਨੂੰ ਪੁੱਛਿਆ ਕਰੋ, ਉਹ ਕੁਛ ਨਹੀਂ ਹੁੰਦਾ, ਇਹਨੂੰ ਪਿੰਡਾਂ 'ਚ ਪੁੱਛੋ ਆ ਕੇ, ਉਹ ਮੈਨੂੰ ਖੁਸ਼ੀ ਹੋਈ ਆ, ਟਸ ਸਿੜਤੀ ਹੁਣ ਹੋਰ ਕਿੰਨੇ ਗੇੜ ਕੇ ਨਹੀਂ ਬੈਠੇ ਹੁੰਦੇ। ਸਵਾਲ ਨੀ ਪੁੱਛਣਾ, ਸਵਾਲ ਕਿਉਂ ਨਾ ਪੁੱਛੀਏ, ਮੈਨੂੰ ਮੈਡਮ ਨੇ ਕੁੜੀਆਂ ਨੂੰ ਗਲਤ ਬੋਲਿਆ ਸੀ, ਮੈਂ ਤੁਸੀਂ ਐਕਸ਼ਨ ਲੈ ਲੈਣਾ ਸੀ, ਸਾਡੇ ਕੋਲ ਟਾਈਮ ਮੈਂ ਲੋਕਾਂ ਨੂੰ
ਐਂ ਡਰੇ ਹੋਏ ਹੱਥ ਬੰਨ ਕੇ ਬੈਠੇ ਦੇਖਿਆ ਹੋਇਆ ਐਂ ਡਰੇ ਹੋਏ ਨੇ ਕਿ ਜੇ ਕੋਈ ਨਾਲ ਬੋਲਦਾ ਕੁਛ ਨਾਲ ਦੇ ਚੁੱਪ ਕਰਦਾ ਚੁੱਪ ਕਰ ਜਾ ਐਂਟੀ ਆ ਉਹਦੇ ਮੂਹਰੇ ਨਹੀਂ ਬੋਲਦੇ ਹੁੰਦੇ ਪੁਲਿਸ ਫੜ ਲੈਂਦੀ ਹੁੰਦੀ ਆ ਸੀ ਨਾ ਪਹਿਲਾਂ ਮੈਂ ਆਊਗਾ ਕਰ ਮੈਨੂੰ